Assalamualaikum papa. Waalaikum assalam papa. Ki hal hai ji? Theek ho? Yaar ji, saas ki qurbani na bhi mashwa karne mein aaya. Acha. Qurbani na ke program ne ji. Hissa ji ki bakra chakra ke hissa koi. Oh ji, mara bhi hissa rakha ne. Bakre ch. Haan ji. Theek hai na koi changa takra. Changa takra bakra hoya na ta. Na na na, bakra bada changa takra bakra hai. Dekha. Sahi ma acha paise de san 2-3 lakh rupaye na jehda bakra si oh aan sa. ਮੰਡੀ ਜੇਸੋ ਮੰਡੀ ਵਿੱਚ ਜੇਸਾ ਆਸਮ ਨਹੀਂ ਮੰਡੀ ਆਸਮ ਵਾਲੀ ਮੰਡੀ ਆਸਮ ਵਾਲੀ ਮੰਡੀ ਆਪਣੇ ਆਸਮ ਨਾ ਭਾਜੀ ਨਾ ਆਸਮ ਨਹੀਂ ਆਹੋ ਉਸੇ ਮੰਡੀ ਉਸ ਮੰਡੀ ਲਾਈ ਦੀ ਬੱਕਰੀਆਂ ਦੀ ਉਹ ਫਤਿਹ ਖਾਨ ਸਾਹਿਬ ਤੁਮ ਕੋਈ ਦੱਸੋ ਜੀ ਨੂਰੀਆ ਭਾਜੀ ਬਸ ਬਸ ਜੀ ਅੱਜ ਕੱਲ ਮੈਂ ਸੋਚ ਰਿਹਾ ਸੀ ਹਾਂ ਫਤਿਹ ਖਾਨ ਭਾਜੀ ਕੋਲ ਜੁਦਾ ਅੱਛਾ ਕੋਈ ਬੱਕਰਾ ਦਾ ਮਸ਼ਾ ਕਰਾ ਕੋਈ ਬੱਕਰਾ ਆਣਾ ਕੋਈ ਕੁਰਬਾਨੀ ਹਸਤ ਜਾਨ ਮਹਿੰਗਾਈ ਤਾਂ ਪਤਾ ਕਿੰਨੀ ਵੱਧ ਗਈ ਅੱਜ ਕੱਲ ਨਾ ਨਾ ਪੈਸੇ ਦੀ ਕਮੀ ਹੈ ਹੀ ਨਹੀਂ ਜੀ ਕੁਰਬਾਨੀ ਤਾਂ ਬੱਕਰਾ ਸੋਨਾ ਸੁਥਰਾਣ ਸਾ 2-3 ਲੱਖ ਰੁਪਏ ਦਾ ਅੱਛਾ ਪੈਸੇ ਦੇ ਹੋ ਜੁਲੇ ਨੇ ਪੈਸੇ ਮਾਰੋ ਨਾ ਚਲੋ ਵਾਦੀ ਕੈਸ਼ ਉਸ ਮਾਰੋ ਤਾਂ ਮੈਂ ਬਾਕੀ ਉਸ ਵਿੱਚ ਚੱਕ ਦੇ ਸਾਂ ਉਹ ਸਾਥੀ ਸਾ ਪੂਰੇ ਕਰਨੇ ਪੈਸੇ ਨਾ ਨਾ ਅਸ ਦੋ ਹੀ ਰੱਖਾਂ ਆਪਣੇ ਸਾਰੇ ਘਰਾਂ ਨੇ ਮਲਾਬ ਨੂੰ ਤੇ ਸੱਤ ਕਰ ਲੈ ਸਾਂ ਉਹ ਨਹੀਂ ਹੈ ਕੋਈ ਗੱਲ ਨਹੀਂ ਉਹ ਜੀ 12 ਨਹੀਂ ਸੇ ਕਰਦੇ ਹੀ ਨਹੀਂ ਆ ਜੀ ਆਪਣੇ ਆਪਣੇ ਜ਼ਾਤੀ ਹਿੱਸੇ ਸਾਂ ਜੀ ਤੁਸੀਂ ਆਪ ਹੀ ਸੱਤ ਪੂਜਿਆ ਕਰੋ ਮੈਂ ਆਪ ਹੀ ਸੱਤ 14 ਕਰ 14 ਇਸੇ ਰੱਖ ਲੈਸਾਂ ਕੋਈ ਬੜਾ ਬੱਕਰਾ ਹੈ ਨਾ 5-6 ਮੈਂ ਆਪਣੇ ਕਾਜ ਸਾ ਪੂਰੇ ਕਰ ਜਨੇ ਜਿਵੇਂ ਤੁਸੀਂ ਸਾਡੀ ਮਰਜ਼ੀ ਜੀ ਖਰਾ ਦੇ ਪੂਰੇ ਕਰਦੇ ਆ ਆਪ ਹੀ ਪੂਜਿਆ ਕਰਦੇ ਹੋ ਅੱਛਾ ਪੈਸੇ ਮਾਰ ਅੱਛਾ ਜੀ ਆ ਪੂਰੇ ਨਹੀਂ ਤਾਂ ਰੇਟ ਦਿਓ ਜੀ ਓਕੇ ਚੈੱਕ ਦੇ ਦੇਸਾਂ ਚੈੱਕ ਦੇ ਦਿਓ ਚੈੱਕ ਦੇ ਦਿਓ ਐਸਾ ਕੀ ਆਇਆ ਚੈੱਕ ਸੈਨ ਕੀਤਾ ਦੇ ਹਾਂ ਉੱਤੇ ਸੈਨ ਸੈਨ ਮਾਰੇ ਨਾ ਹਾਂ ਸੈਨ ਹੋਇਆ ਲੈ ਸੈਨ ਚੈੱਕ ਦੇ ਚਲੋ ਜੀ ਓਕੇ ਓਕੇ ਉਹ ਉਹ ਜੁਲੇ ਆਸਾ ਮੰਡੀ ਚ ਆਪਣੇ ਅਸਮ ਨੇ ਬਚੇ ਦੀ ਮੰਡੀ ਵੀ ਜਲਦੇ ਆ ਫਤਿਹ ਫਤਿਹ ਖਾਨ ਦੀ ਚਲੋ ਜੀ ਫਤਿਹ ਖਾਨ ਦੀ ਮੰਡੀ ਵਿੱਚ ਆ ਰਹੇ ਚਲੋ ਜੀ ਬਦੀ ਜ਼ਬਾਨ ਭਾਜੀ ਉੱਠ ਚੱਲਿਆ ਹੈ ਉਹ ਗੱਲ ਸੁਣੋ ਮੈਂ ਚੰਗਾ ਨੇ ਮੇਰਾ ਕੰਮ ਹੈ ਅੱਛਾ ਬਦੀ ਜ਼ਬਾਨ ਭਾਜੀ ਮੈਂ ਤੁਹਾਨੂੰ ਕੰਮ ਦਾ ਤੁਸੀਂ ਚੰਗਾ ਪਕੜਾ ਤੱਕਿਓ ਤੱਕ ਕੇ ਆਣਿਓ ਸਹੀ ਮਾਣਾ ਨਾ ਹੋਵੇ ਗੰਦਾ ਵੀ ਨਾ ਹੋਵੇ ਦੋਂਦਾ ਤੱਕਿਓ ਸਹੀ ਫਿਰ ਤੱਕ ਕੇ ਤੱਕਿਓ ਹਾਂ ਤੱਕ ਸਾਂ ਸਾਰਾ ਹੀ ਤੱਕਿਓ ਚਾ ਕੇ ਤੱਕਿਓ ਪੁੱਠਾ ਕਰਕੇ ਤੱਕਿਓ ਜੰਗ ਛੰਗ ਤੱਕਿਓ ਸਹੀ ਕਰਕੇ ਠੀਕ ਹੈ ਮੈਂ ਚੱਲਿਆ ਨੇ ਟੰਗਾ ਵਿੱਚ ਸਾ ਪਾਓ ਪੱਤਰੀ ਕਿ ਹੋ ਗਿਆ ਟੰਗਾ ਵਿੱਚ ਸਾ ਰਹਿੰਦਾ ਮੈਂ ਜੁਲਿਆ ਕਰੋ ਨਾ ਬਸ ਬਗੰਦੇ ਹੋ ਬਾਦਸ਼ਾਹ ਮਾਰਦੇ ਆ ਰੋਜ਼ੀ ਕਮਾਉਂਦੇ ਪੇਟਾ ਉਸਤੇ ਇਹ ਕਿਸ ਵਸਤਾ ਰੱਖਿਆ ਹੋਇਆ ਹੈ ਬੱਕਰਾ ਬੱਕਰਾ ਕੁਰਬਾਨੀ ਨੇ ਜੀ ਕੁਰਬਾਨੀ ਤੇ ਰੱਖਿਆ ਹੈ ਜੀ ਇਨਸ਼ਾ ਸੱਤਾ ਤੋਂ ਰੇਟ ਦੇਸਾਂ ਜੀ ਜਦੀ ਸਾਹਿਬ ਸਾ ਫਿਕਰ ਨਾ ਕਰੋ ਜੀ ਤਾਂ ਅੱਛਾ ਰੇਟ ਮਿਲ ਸੀ ਬੱਕਰੇ ਦਾ ਇਹ ਇਸੇ ਦਨ ਸ਼ਾਨ ਤੱਕ ਆਉ ਨਾ ਮੇਰੇ ਇਹ ਤਾਂ ਦਨ ਸ਼ਾਨ ਤੱਕ ਹੋ ਜੀ ਇਹ ਦੇਖੋ ਜੀ ਤੇ ਦਨ ਸ਼ਾਨ ਪੂਰੇ ਜੀ ਕੁਰਬਾਨੀ ਤੇ ਲਾਏ ਗਏ ਜੀ ਕੁਰਬਾਨੀ ਤੇ ਲਾਏ ਗਏ ਜੀ ਗੁੱਠੇ ਪਲਟ ਕੇ ਕੇ ਟੈਂਕਰ ਤੇ ਮੈਂ ਖੁਦ ਹੀ ਦੇਖਿਆ ਇਹ ਦੇਖੇ ਇਹ ਦੇਖੋ ਜੀ ਇਹ ਦੇਖੋ ਜੀ ਇਹ ਦੇਖੋ ਜੀ ਸਭ ਪੂਰਾ ਹੈ ਜੀ ਪੂਰਾ ਹੈ ਪੂਰਾ ਹੈ ਜੀ ਇਹ ਕੋਈ ਮਕਮ ਸਹੀ ਨਜ਼ਰ ਨਹੀਂ ਆ ਰਿਹਾ ਹੈ ਕਿ ਬਿਮਾਰ ਹੈ ਬੱਕਰਾ ਹੈ ਤਕੜਾ ਬੱਕਰਾ ਹੈ ਅੱਠ ਅੱਠ ਨੌ ਮਾਣ ਬੱਕਰਾ ਹੈ ਜੀ ਅੱਠ ਨੌ ਮਾਣ ਤਾਂ ਹੈ ਅੱਠ ਨੌ ਮਾਣ ਤਾਂ ਅਸੀਂ ਆਰਾਮ ਨਾਲ ਚੁੱਕਦੇ ਆ ਬਸ ਚੁੱਕੋ ਨਾ ਫਿਰ ਅੱਠ ਨੌ ਮਾਣ ਇੱਥੋਂ ਪਤਾ ਚੱਲ ਜੂ ਸੀ ਅੱਠ ਨੌ ਮਾਣ ਹੈ 20 ਕਿਲੋ ਘਟ ਹੈ 20 ਕਿਲੋ ਘਟ ਹੈ 20 ਕਿਲੋ ਘਟ ਬਸ ਜੀ ਬੇਫਿਕਰ ਹੋ ਜੀ ਸਾ ਟੈਨਸ਼ਨ ਨਹੀਂ ਸੋ ਇਨਸ਼ਾਅੱਲਾ ਅੱਛਾ ਗੋਸ਼ਤ ਮਿਲ ਸੀ ਦਾ ਕਿਤਨੇ ਪੈਸੇ ਕਿੰਨੇ ਹੋ ਅਰਾ ਜੀ ਸਾ ਪੈਸੇ ਤਾਂ ਸਾ ਕਿੰਨੇ ਨੇ ਆ ਮੁਫਤ ਦੇਣੇ ਮੁਫਤ ਆ ਸਾ ਮੋਏ ਹੋਏ ਬਕਰੋਟੇ ਵੀ ਦੇਣੇ ਆ ਤੇ ਫਿਰ ਸਾਪੇ ਕਹਿੰਦੇ ਨੇ ਫਿਰ ਤੁਸੀਂ ਕਿਸ ਤਰ੍ਹਾਂ ਦੇ ਰਹੇ ਹੋ ਅਸਾਂ ਇਹ ਖੋਲਨੇ ਆ ਕਿੱਲੇ ਨਾਲ ਖੋਲੀ ਖੋਲੀ ਤਾਂ ਇਹ ਵੇਟ ਕਰੀ ਪੈਸੇ ਕਿੰਨੇ ਤੇ ਫਿਰ ਹੱਥਾਂ ਹੀ ਪੋੜਾਣੇ ਆ ਇਹ ਕਿੰਨੋ ਬਕਰਾ ਲੱਗਣਾ ਨਹੀਂ ਪਾਗਲ ਆ ਯਾਰ ਮੈਂ ਹੀ ਪਾਗਲ ਕਿਤਨੇ ਪੈਸੇ 300 ਇਹ ਪੈਸੇ ਨਾ ਕਿੰਨੇ ਰੁਪਈਏ ਕਿੰਨੇ ਰੁਪਈਏ ਕਿੰਨੇ ਰੁਪਈਏ ਕਿੰਨੇ ਰੁਪਈਏ ਕਿਤਨੇ ਰੁਪਈਏ 300 ਮਾੜਾ ਮਤਲਬ ਆਖੇ ਨਾ ਕਿਤਨੇ ਰੁਪਏ 300 ਇਹ ਲੱਗਣਾ ਸਭ ਪਹਿਲੀ ਵਾਰ ਬਕਰੋਟਾ ਤੱਕਿਆ ਜੀ ਪਹਿਲੀ ਵਾਰ ਕੁਰਬਾਨੀ ਕਰਨ ਲੱਗਿਆ ਆਵਾ ਜੀ ਅਸੀਂ ਤਾਂ ਹਰ ਸਾਲ ਕੁਰਬਾਨੀ ਕਰਨੀ ਆ 5-6 ਲੱਖ ਰੁਪਏ ਦੀ 5-6 ਲੱਖ ਦਾ ਤੱਕਿਆ ਵੀ ਹੈ ਨੇ ਤੇ ਕੋਲ ਕੈਸ਼ ਭੇਜੋ ਇਹ ਚੈੱਕ ਭੇਜੇ ਅਸੀਂ ਗਾਗ ਨੂੰ ਚੈੱਕ ਮਾਰਦੇ ਆ ਚੈੱਕ ਮਾਰ ਦਿਓ ਐਸੀ ਗੱਲ ਕਰਦੇ ਹੋ ਅਸੀਂ ਬੱਕਰਾ ਲੈਂਦੇ ਹੀ ਨਹੀਂ ਇਸੋ ਕਰੋ ਅਸੀਂ ਨਹੀਂ ਸਾਹਿਬ ਨਹੀਂ ਸਾਹਿਬ ਨਹੀਂ ਸਾਹਿਬ ਗੱਲ ਤੇ ਸੁਣਿਆ ਨਾ ਗੱਲ ਤੇ ਸੁਣਿਆ ਨਾ ਅਬ ਮੈਂ ਅਸਾਂ ਦਾ ਕਹਿਣੇ ਦਾ ਮਤਲਬ ਹੋਰ ਹੈ ਕੀ ਮਤਲਬ ਹੋ ਰਿਹਾ ਹੈ ਮਤਲਬ ਹੋ ਰਿਹਾ ਹੈ ਇਨਸ਼ਾਅੱਲਾ ਤੋਂ ਟਾਪ ਕਲਾਸ ਬੱਕਰਾ ਮੰਡੀ ਵਿੱਚ ਤੁਸੀਂ ਇੱਕ ਬੱਕਰਾ ਰੱਖਿਆ ਤਾਂ ਬੈਠੇ ਦਿਓ ਤੁਸੀਂ ਮੰਡੀ ਵਿੱਚ ਨਹੀਂ ਹੁਣ ਕੀ ਕਰਾਂ ਜੀ ਇਹਨਾਂ ਨੂੰ ਵੇਚਣਾ ਵੀ ਤਾਂ ਹੁੰਦਾ ਹੈ ਨਾ ਅੱਛਾ ਇਹ ਕੀਮਤ ਬਕਾਓ ਤੁਸੀਂ ਦੱਸੋ ਜੀ ਕਿੰਨੇ ਦੇਸੋ ਤੁਸੀਂ ਕਿਤਨੇ ਕਿੰਨੇ ਤੁਸੀਂ ਮੂੰਹ ਤੇ ਬੋਲੋ ਆਸਾ ਉਹ ਇਹ ਕੀਮਤ ਕਾ ਹਾਂ ਦੇਣੀ ਆਸਾ ਤੁਸੀਂ ਕੋਲ ਰੁਪਿਆ ਨਹੀਂ ਕਟਾਣੇ ਆ ਰੁਪਿਆ ਨਹੀਂ ਕਟਾਣਾ ਜੀ ਨਾ ਜੀ ਉੱਠੋ ਇਹ ਤਾਂ ਜ਼ਬਰਦਸਤ ਗਾਗ ਲਗਾਇਆ ਬੱਚਾ
10 ਗਾਗ ਲਗਾਈ ਅੱਛਾ ਇਸ ਦਾ ਰੇਟ ਹੈ ਜੀ 6.5 ਲੱਖ ਰੁਪਿਆ 6.5 ਲੱਖ ਰੁਪਿਆ ਚੈੱਕ ਹੈ ਜੀ ਚੈੱਕ ਕੈਸ਼ ਕਰਾ ਲਈ ਮੈਂ ਬੈਂਕ ਹੀ ਜਾਸਾਂ ਤਾਂ ਕਿਸੇ ਕਿਆ ਖਾਂ ਬਸ ਤੁਸੀਂ ਸਾਡਾ ਨਾਂ ਚਾਹ ਜੀ ਕਿਆ ਖਾਂ ਜੀ ਜ਼ਮਾਨ ਭਾਜੀ ਐਸੇ ਹੋ ਆਏ ਬਕਰਾ ਪਕੜੋ ਤੇ ਮੈਂ ਚੈੱਕ ਕਹਿੰਦਾ ਜਲਦਾ ਜੀ।